ਇਸ ਵਾਸਤੇ ਕਿਸੇ ਨੇ ਕੀਤਾ ਹੈ ਔਰ ਜਿਹਦੇ ਕਰਕੇ ਲੱਗਿਆ ਉਹ ਮਨਪ੍ਰੀਤ ਸਿੰਘ ਬਾਦਲ ਹੈ ਜਿਨ੍ਹਾਂ ਨੇ ਪੈਸੇ ਨੂੰ ਸਾਨੂੰ ਦਿੱਤੇ ਹੈ। ਕਿਉਂਕਿ ਚਮਕੌਰ ਸਾਹਿਬ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜੁੜਿਆ ਹੋਇਆ ਵੱਡੇ ਸਾਹਿਬਜ਼ਾਦਿਆਂ ਦੇ ਨਾਲ, ਫਤਿਹਗੜ੍ਹ ਸਾਹਿਬ ਦੇ ਨਾਲ ਇਹ ਸੜਕ ਜੁੜਨੀ ਹੈ, ਉਹਦੇ ਨਾਲ ਮਾਤਾ ਗੁਜਰੀ ਦਾ ਨਾਮ ਜੁੜਿਆ ਹੋਇਆ, ਛੋਟੇ ਸਾਹਿਬਜ਼ਾਦਿਆਂ ਦਾ ਨਾਮ ਜੁੜਿਆ ਹੋਇਆ, ਇਸ ਕਰਕੇ ਇਸ ਦਾ ਨਾਮ ਅਸੀਂ ਮਾਤਾ ਗੁਜਰੀ ਰੋਡ ਰੱਖ ਰਹੇ ਹਾਂ। ਪੰਜਾਬ ਦੇ ਨਵੇਂ ਮੁੱਖ ਮੰਤਰੀ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਇਲਾਕੇ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਬੇਲਾ ਤੋਂ ਪਨਿਆਲੀ ਤੱਕ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ। ਪੁਲ ਦਾ ਉਦਘਾਟਨ ਕਰਨ ਆਏ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਇਸ ਪੁਲ ਉੱਪਰ ਕੁੱਲ 115 ਕਰੋੜ ਰੁਪਏ ਖਰਚੇ ਜਾਣਗੇ ਅਤੇ ਇੱਕ ਸਾਲ ਵਿੱਚ ਇਹ ਪੁਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਮੇਰੇ ਹਲਕੇ ਦੀ ਇੱਕ ਬਹੁਤ ਬੜੀ ਆਜ਼ਾਦੀ ਤੋਂ ਡਿਮਾਂਡ ਸੀ ਕਿ ਦਰਿਆ 'ਤੇ ਪੁਲ ਲੱਗਣਾ ਚਾਹੀਦਾ ਅਤੇ ਅੱਜ ਉਹ ਪੂਰੀ ਹੋ ਰਹੀ ਹੈ। ਅਸੀਂ ਨੀਂਹ ਪੱਥਰ ਰੱਖਿਆ ਇਹਦੇ ਵਾਸਤੇ। ਜੇ ਕੋਈ ਸਭ ਤੋਂ ਜ਼ਿਆਦਾ ਇਸ ਵਾਸਤੇ ਕਿਸੇ ਨੇ ਕੀਤਾ ਹੈ ਔਰ ਜਿਹਦੇ ਕਰਕੇ ਲੱਗਿਆ ਉਹ ਮਨਪ੍ਰੀਤ ਸਿੰਘ ਬਾਦਲ ਹੈ ਜਿਨ੍ਹਾਂ ਨੇ ਪੈਸੇ ਨੂੰ ਸਾਨੂੰ ਦਿੱਤੇ ਹੈ ਅਤੇ ਸਾਡੇ ਸਿੰਗਲਾ ਸਾਹਿਬ ਜਿਹੜੇ ਕਿ ਮੰਤਰੀ ਹੈ ਜਿਨ੍ਹਾਂ ਨੇ ਇਹਨੂੰ ਐਗਜ਼ੀਕਿਊਟ ਕਰਨਾ ਅਤੇ ਕੀਤਾ ਹੈ। ਇੱਕ ਮੈਂ ਅੱਜ ਇਹ ਸਮਝ ਲਓ ਕਿ ਮੇਰੇ ਪੈਰ ਧਰਤੀ ਪਰ ਨਹੀਂ ਲੱਗ ਰਹੇ, ਸਾਨੂੰ ਇੰਨੀ ਖੁਸ਼ੀ ਹੈ। ਮੈਨੂੰ ਇੰਨੀ ਮੁੱਖ ਮੰਤਰੀ ਬਣ ਕੇ ਖੁਸ਼ੀ ਨਹੀਂ ਹੋਈ ਜਿੰਨਾ ਆਪਣੇ ਇਲਾਕੇ ਦਾ ਕੰਮ ਕਰਕੇ ਉਹਨਾਂ ਦਾ ਪੁਲ ਬਣਾ ਕੇ ਖੁਸ਼ੀ। ਇਹਦੇ ਬਾਰੇ ਤੁਹਾਨੂੰ FM ਸਾਹਿਬ ਅਤੇ ਸਿੰਗਲਾ ਸਾਹਿਬ ਦੱਸਣਗੇ ਸਾਰਾ ਕੁਝ। ਮੈਂ ਸਾਰਾ ਕੁਝ ਸਿੰਗਲਾ ਸਾਹਿਬ ਤੇ ਦੱਸਣਗੇ। ਪਹਿਲਾਂ ਤੁਸੀਂ ਇੱਕ ਮਿੰਟ ਇਹਦੀ ਅਮਾਊਂਟ ਦੱਸ ਦਿਓ। ਉਹ ਗੱਲ ਨੂੰ ਛੱਡੋ, ਸ਼ਗਨ ਮਨਾਓ ਸ਼ਗਨ। ਇਹ ਜਿਹੜਾ ਚਮਕੌਰ ਸਾਹਿਬ ਅਤੇ ਮੈਂ ਸਮਝਦਾ ਨਾਲ ਦੇ ਹਲਕਿਆਂ ਦੀ ਬੜੀ ਵੱਡੀ ਮੰਗ ਸੀ ਔਰ ਬੜੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ। ਇਸ ਪੁਲ 'ਤੇ ਤਕਰੀਬਨ 115 ਕਰੋੜ ਰੁਪਏ ਦੀ ਖਰਚ ਜਿਹੜੀ ਹੈ ਉਹ ਕਮੋ ਪੇਸ਼ ਲੱਗੂਗੀ ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਅਸੀਂ ਅਗਲੇ ਸਾਲ ਤੱਕ ਇਹ ਪੁਲ ਜਿਹੜਾ ਅਸੀਂ ਮੁਕੰਮਲ ਕਰਾ ਦਾਂਗੇ। ਤੁਹਾਡੀ ਇਸ ਧਰਮ ਦੇ ਵਿੱਚ, ਸਰਕਾਰ ਦੀ ਇਸ ਧਰਮ ਦੇ ਵਿੱਚ ਕਿੰਨਾ ਕੁ ਪੁਲ ਜਿਹੜਾ ਤੁਸੀਂ ਬਣਾਉਣ 'ਚ ਕਾਮਯਾਬ ਹੋਊਗਾ, ਕਿੰਨੀ ਕੁ ਪਲੈਨਿੰਗ ਉਹਦੇ ਲਈ ਕੀਤੀ? ਬਾਹਰ ਕੱਢ ਲੈਣਾ? ਨਹੀਂ, ਚਲੋ ਇਹ ਤਾਂ ਇਹ ਜਦੋਂ ਕੰਮ ਚਾਲੂ ਹੋ ਗਿਆ ਇਹ ਸਿੰਗਲਾ ਸਾਹਿਬ ਦੱਸਣਗੇ। ਜੀ ਜੀ ਸਿੰਗਲਾ ਸਾਹਿਬ, ਕਿੰਨੀ ਕੁ ਸਪੀਡ ਦੇ ਨਾਲ? ਗੱਲ ਇਹ ਹੈ ਕਿ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਕਿਹਾ ਹੈ, ਇਹ ਜਿਹੜਾ ਇਸ ਇਲਾਕੇ ਦਾ ਬੜਾ ਵੱਡਾ ਕੰਮ ਸੀ ਨਾ, ਇਹ ਇਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ। ਬੇਲਾ ਤੋਂ ਪਨਿਆਲੀ, ਜਦੋਂ ਤੋਂ ਮੈਂ ਵਜ਼ੀਰ ਬਣਿਆ ਇਹਨਾਂ ਨੇ ਹਮੇਸ਼ਾ ਬੇਲਾ ਤੋਂ ਪਨਿਆਲੀ ਦੇ ਪੁਲ ਅਤੇ ਸੜਕ ਦੀ ਗੱਲ ਵਾਸਤੇ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਵਿੱਤ ਮੰਤਰੀ ਜੀ ਕੋਲ ਇਸ ਗੱਲ ਨੂੰ ਰੱਖਿਆ ਅਤੇ ਮੇਰੇ ਕੋਲ ਇਸ ਗੱਲ ਨੂੰ ਰੱਖਿਆ ਔਰ ਸਾਡੀ ਅੱਜ ਖੁਸ਼ੀ ਹੈ ਕਿ ਅਸੀਂ ਸਾਰੇ ਤਿੰਨੋਂ ਉਰੇ ਇਕੱਠੇ ਹੋ ਸਕੇ ਹਾਂ ਇਸ ਇਲਾਕੇ ਦੀ ਚੰਨੀ ਸਾਹਿਬ ਦੀ ਦਿਲ ਦੀ ਖੁਆਇਸ਼ ਨੂੰ ਪੂਰਾ ਕਰਨ ਵਾਸਤੇ। ਔਰ ਜਿੱਥੇ ਤੱਕ ਲਾਗਤ ਦੀ ਗੱਲ ਹੈ, ਜਿਸ ਤਰ੍ਹਾਂ ਮਾਨਯੋਗ ਵਿੱਤ ਮੰਤਰੀ ਜੀ ਨੇ ਕਿਹਾ ਕਿ 115 ਕਰੋੜ ਰੁਪਏ ਖਰਚ ਹੋਣਾ ਹੈ, 71 ਕਰੋੜ ਰੁਪਇਆ ਅਪਰੋਕਸੀਮੇਟਲੀ 1.2 ਕਿਲੋਮੀਟਰ ਲੰਬਾ, 1.25 ਕਿਲੋਮੀਟਰ ਲੰਬੇ ਪੁਲ ਦੇ ਉੱਪਰ 71 ਕਰੋੜ ਰੁਪਇਆ ਸਿਰਫ ਪੁਲ ਦੇ ਉੱਪਰ ਖਰਚ ਹੋਣਾ ਔਰ ਬਾਕੀ ਦਾ ਪੈਸਾ ਅਪਰੋਚ ਰੋਡਸ ਦੇ ਉੱਪਰ ਖਰਚ ਹੋਊਗਾ। ਔਰ ਇਸ ਤੋਂ ਇਲਾਵਾ ਇਸ ਦਾ ਕੰਮ ਇਸੇ ਦਿਨ ਤੋਂ, ਅੱਜ ਤੋਂ ਹੀ ਕੰਮ ਗਰਾਊਂਡ ਦੇ ਉੱਪਰ ਚਾਲੂ ਹੋ ਜੂਗਾ। ਮਸ਼ੀਨਰੀ ਆਲਰੇਡੀ ਗਰਾਊਂਡ 'ਤੇ ਆ ਚੁੱਕੀ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ 1.5 ਸਾਲ ਦੇ ਅੰਦਰ ਅੰਦਰ ਇਸ ਕੰਮ ਨੂੰ ਮੁਕੰਮਲ ਕਰਕੇ ਲੋਕਾਂ ਦੇ ਵਾਸਤੇ ਨੂੰ ਡੈਡੀਕੇਟ ਕਰ ਸਕੀਏ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਪਟਿਆਲਾ ਤੋਂ ਮੋਰਿੰਡਾ ਅਤੇ ਫਿਰ ਮੋਰਿੰਡਾ ਤੋਂ ਪਨਿਆਲੀ ਤੱਕ ਸੜਕ ਨੂੰ ਚੌੜੀ ਕਰਨ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਸ ਸੜਕ ਨੂੰ ਚੌੜੀ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਜਿਹੜਾ ਕਿ ਜਲਦ ਤੋਂ ਜਲਦ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ। ਉਹਨਾਂ ਐਲਾਨ ਕੀਤਾ ਹੈ ਕਿ ਨਵੇਂ ਬਣਨ ਵਾਲੇ ਇਸ ਮਾਰਗ ਦਾ ਨਾਮ ਮਾਤਾ ਗੁਜਰੀ ਜੀ ਮਾਰਗ ਰੱਖਿਆ ਜਾਵੇਗਾ। ਇਹ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਚਮਕੌਰ ਸਾਹਿਬ ਤੋਂ ਲੈ ਕੇ ਇੱਥੇ ਤੱਕ ਇਹ ਸੜਕ ਨੂੰ ਅਸੀਂ ਡਬਲ ਕਰ ਰਹੇ ਹਾਂ। ਇਹਦੇ 'ਤੇ 35 ਕਰੋੜ ਰੁਪਈਆ ਜਿਹੜਾ ਕਿ ਕੰਮ ਸ਼ੁਰੂ ਹੋ ਚੁੱਕਿਆ ਉਹ ਵੱਖਰਾ ਲੱਗਣਾ, ਨਾਲ ਹੀ 10 ਕਰੋੜ ਰੁਪਈਆ ਜਿਹੜੀ ਨਹਿਰ ਪੈਂਦੀ ਹੈ ਵਿੱਚ ਉਸ ਦਾ ਪੁਲ ਦੁੱਗਣਾ ਕਰਨ ਲੱਗਣਾ। ਇਸ ਨੇ ਪਟਿਆਲਾ ਤੋਂ ਸਰੰਦ, ਸਰੰਦ ਤੋਂ ਮੋਰਿੰਡਾ, ਮੋਰਿੰਡੇ ਤੋਂ ਪਨਿਆਲੀ ਇੱਕ GT ਰੋਡ ਬਣਨਾ, ਜਿਹੜਾ ਕਿ ਨੈਸ਼ਨਲ ਹਾਈਵੇ ਇਨ ਪ੍ਰਿੰਸੀਪਲ ਡਿਕਲੇਅਰ ਹੋ ਚੁੱਕਿਆ, ਅਕਾਲੀਆਂ ਦੀ ਸਰਕਾਰ ਨੇ ਰੁਕਵਾ ਦਿੱਤਾ ਸੀ। ਸੋ ਇਹ ਇੱਕ ਬਹੁਤ ਵੱਡਾ ਸਾਡੇ ਹਲਕੇ ਵਾਸਤੇ, ਇੰਡਸਟਰੀ ਵਾਸਤੇ, ਹਲਕੇ ਦੀ ਤਰੱਕੀ ਵਾਸਤੇ ਇੱਕ ਸਾਨੂੰ ਚੀਜ਼ ਮਿਲੀ ਹੈ ਔਰ ਇਸ ਰੋਡ ਦਾ ਨਾਮ
ਕਿਉਂਕਿ ਚਮਕੌਰ ਸਾਹਿਬ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜੁੜਿਆ ਹੋਇਆ, ਵੱਡੇ ਸਾਹਿਬਜ਼ਾਦਿਆਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਨਾਲ ਇਹ ਸੜਕ ਜੁੜਨੀ ਹੈ, ਉਹਦੇ ਨਾਲ ਮਾਤਾ ਗੁਜਰੀ ਦਾ ਨਾਮ ਜੁੜਿਆ ਹੋਇਆ, ਛੋਟੇ ਸਾਹਿਬਜ਼ਾਦਿਆਂ ਦਾ ਨਾਮ ਜੁੜਿਆ ਹੋਇਆ, ਇਸ ਕਰਕੇ ਇਸ ਦਾ ਨਾਮ ਅਸੀਂ ਮਾਤਾ ਗੁਜਰੀ ਰੋਡ ਰੱਖ ਰਹੇ ਹਾਂ। ਧੰਨਵਾਦ। ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਚੰਨੀ ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲਾਂ ਤੋਂ ਟਾਲਾ ਵੱਟ ਗਏ, ਪਰ ਉਹਨਾਂ ਸਟੇਜ ਤੋਂ ਬੇਅਦਬੀ ਅਤੇ ਡਰੱਗ ਮਾਮਲੇ ਨੂੰ ਜਲਦ ਹੀ ਹੱਲ ਕਰਨ ਦਾ ਦਾਅਵਾ ਕੀਤਾ। ਸ੍ਰੀ ਚਮਕੌਰ ਸਾਹਿਬ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।